बिस्मिल्लाहिर्रहमानिर्रहीम। अस्सलाम वालेकुम यूट्यूब फैमिली, कैसे हैं आप सब? उम्मीद करती हूँ खैरियत से होंगे। अल्हम्दुलिल्लाह जी, मैं भी खैरियत से हूँ। आप लोग जहाँ भी रहें, खुश रहें, आबाद रहें, हंसते मुस्कुराते रहें। जो मेरे बहन भाई देश परदेश से देख रहे हैं, अल्लाह पाक उन्हें से तंदुरुस्ती अता फरमाए। जो परेशान है, अल्लाह पाक उन्हें परेशानियाँ दूर फरमाए। आमीन स्वामीन। इसी नेक दुआ के साथ आज का व्लॉग करते हैं शुरू। ता सुबह की रूटीन बन पाई ने शेयर करने हैं। नाश्ता वगैरह अभी जरा ने कर लिया, बच्चे ने कर के तो बच्चे बाहर खिलन गया चले ने। उन्होंने पापा जरा काम से चला गया, तो मैं सीधा घर है। असि हम जरा ना घर का काम करने हैं, तो भैन भाई ने शेयर करने हैं। बर्तन साढ़े सुबह वाले जड़े ना वो मैं खुरे च रखते हैं धोने वाले, तो वो धोने हैं। तो मंजिया पहले चुक लीजिए, तो चुक के झाड़ू छाड़ू लाने, फिर बर्तन धोने। तो काम की रूटीन सारी भैन भाई ने शेयर करने। नाश्ता बच्चे ने कर करते चले गए ने आपो आप खेलन कोई काम। तो बाकी काम मैं जरा घर वाला मैं करना है, रूटीन शेयर करनी है। तो चलो अस्सलाम वालेकुम। मेरी पारा से गलू तो बात मैं ही है हूँ। तो अभी मंजिया जल्दी रख ली, बा तुम झाड़ू लाओगी? चार पाइया बाकी दी जानते हैं, चार पाई जो छावे डाने छावे फिर बहनते हैं। बच्चे बत्ती वगैरह हो ना हो बैठना हो तो बैठ जाते हैं, तो चूल्हा चूल्हा जरा सुखत रखने। डब्बे वगैरह सुबह हूँ जी बर्तन धो लिए, पहले धो के फटे तराख लिए काज के, फिर झाड़ू लावांगी। बर्तन साढ़े काफी होए पे ने, जेडे ना रेहड़ी वाले बर्तन विचे ने, ते घर वाले भी विचे ने। ए जेडे रेहड़ी वाला सारा समान ते घर वाले सारे बर्तन मैं धो लवां, ते बाकी बर्तन जेडे ने भरन वालियां ने सारे टीम बड़े भाई ने शेयर करने हैं। ए ने भरन वालियां ने भी Thank you.
ਜੀ ਸਾਰੇ ਬਾਂਡੇ ਹੋ ਗਏ ਮੁਕੰਮਲ। ਇੰਨੇ ਸਾਡੇ ਬਹੁਤ ਜ਼ਿਆਦਾ ਬਰਤਨ ਸਨ ਅਤੇ ਇਹ ਜਿਹੜਾ ਹੁਣ ਜੋੜਨੇ ਆ ਇੱਥੇ ਮਾਣੋ ਸਾਰੇ ਬਰਤਨ ਵਗੈਰਾ ਇੱਥੇ ਜੋੜੀਦੇ ਨੇ। ਇੱਥੇ ਚਾਹ ਲੈਣੀ ਇੱਥੇ ਲਾ ਲਈ ਜਿਹੜਾ ਨਾ ਇੱਥੇ ਕੋਲੋਂ ਚੱਕ ਲਈ ਬਾਹਰ ਰੱਖੀ ਦੇ ਨੇ ਤੇ ਬਾਹਰ ਫਿਰ ਮੱਖੀਆਂ ਵਗੈਰਾ ਹੁੰਦੀਆਂ ਨੇ ਤੇ ਦੋ ਘੰਟੇ ਉੱਤੇ ਕੱਪੜਾ ਦੇ ਦੀ ਦਿੰਦੇ ਮੱਖੀਆਂ ਮੁੱਖੀਆਂ ਨਹੀਂ ਪੈਂਦੀਆਂ ਸਾਫ਼ ਸੁਥਰੇ ਪੈ ਰਹਿੰਦੇ ਨਾਲੇ ਛਾਂ ਤੇ ਹੁਣ ਲਿਆਉਣੇ ਜੀ ਬੋਤਲਾਂ ਪਾਣੀਆਂ ਨੇ ਤੇ ਫਰਿੱਜ ਵਿੱਚ ਰੱਖਣੇ। ਇਹ ਜੀ ਪਾਣੀ ਵਾਲੀ ਬੋਤਲਾਂ ਰੱਖਣੇ ਫਰਿੱਜ 'ਚ। ਹਾਂਜੀ ਫਰਿੱਜ 'ਚ ਬੋਤਲਾਂ ਰੱਖ ਦਿੱਤੀਆਂ ਨੇ ਡਿਜ਼ਾਇਨ ਵਾਲੀ ਜਿਹੜਾ ਉਹ ਵੀ ਇਹ ਬਾਹਰ ਖੇਡਦਾ ਫਿਰਦਾ ਸੀ ਤੇ ਆ ਗਿਆ ਤੇ ਆ ਕੇ ਵਾਹ ਅੱਗੇ ਪੈ ਗਿਆ ਤੇ ਬਾਕੀ ਕਮਰਾ ਜਿਹੜਾ ਵਿੱਚੋਂ ਸੱਟ-ਫੁੱਟ ਕੀਤਾ ਤੇ ਅਜੇ ਜਿਹੜਾ ਬਾਕੀ ਬਿਸਤਰ ਵਗੈਰਾ ਚੁੱਕ ਤੇ ਕੁੰਜੇ ਗਰਜੇ ਪੈਣ ਨੇ ਤੇ ਹੁਣ ਜਿਹੜਾ ਅਜੇ ਝਾੜੂ ਲਾਉਣ ਵਾਲਾ ਖੁਰੇ ਧੋਣ ਵਾਲੇ ਨੂੰ ਦੋਨੇ ਪਹਿਲਾਂ ਤਾਂ ਖੁਰਾ ਕੀ ਆ ਪਹਿਲਾਂ ਖੁਰਾ ਹੀ ਧੋ ਲੈਣੇ ਅਸੀਂ ਉਹਨੂੰ ਖੁਰਾ ਕਹੀਦਾ ਬਰਤਨ ਵਗੈਰਾ ਵੀ ਹੁੰਦੇ ਨੇ ਵਾਸ਼ਰੂਮ ਵੀ ਨਾਲ ਫਿਰ ਉਹ ਵੀ ਧੋਵੀਦਾ ਸਾਰਾ ਉਹ ਦੋਨੇ ਤੇ ਇਹਦੇ ਝਾੜੂ ਲਾਉਣੇ। ਖੁਰਾ ਧੋ ਦਿੱਤਾ ਧੋਣਾ ਪਲਾਣੇ ਜੀ ਝਾੜੂ ਝਾੜੂ ਲਾ ਲਈਏ ਹੱਥ ਧੋ ਲਵਾਂ ਮੈਂ ਖੁਰੇ ਵਾਲੇ ਧੋ ਕੇ ਤੇ ਝਾੜੂ ਲਾਉਣੇ। ਜਾਂ ਧੋ ਲੈਣੇ ਧੋਣ ਝਾੜੂ ਲਾਉਣੇ ਲਾ ਕੇ ਤੇ ਫਿਰ ਕੰਮ ਦੂਸਰਾ ਉਹ ਵੀ ਕਰਨਾ। ਝਾੜੂ ਲਾ ਲਿਆ ਬਹੁਤ ਜ਼ਿਆਦਾ ਗਰਮੀ ਹੈ ਸਾਡੇ ਕੋਲ ਇੰਨੀ ਕੁ ਜ਼ਿਆਦਾ ਗਰਮੀ ਹੈ ਨਾ
ਮੇਰੇ ਚਿਹਰੇ ਤੇ ਮਹਿਸੂਸ ਹੋ ਰਿਹਾ ਹੋਈ ਹੈ ਦੋਨੋਂ, ਇੰਨਾ ਪਸੀਨਾ ਆ ਰਿਹਾ ਨਾ, ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਹੈ ਅਤੇ ਪਸੀਨੇ ਵੀ ਬਹੁਤ ਆ ਰਹੇ ਨੇ ਅਤੇ ਸਾਂਸ ਥੋੜ੍ਹਾ ਫੁੱਲ ਗਿਆ ਜਾੜੇ ਜੁੜੇ ਫਿਰਦੇ। ਅਤੇ ਚਲੋ ਜੀ ਮੈਂ ਨਾ ਆਏ ਘਰੇ ਹੱਥ ਧੋ ਲਵਾਂ, ਬਾਕੀ ਤੁਸੀਂ ਫਿਰ ਸ਼ੇਅਰ ਕਰਨੇ। ਅਤੇ ਝਾੜੂ ਲਾ ਕੇ ਹੱਥ ਧੋ ਲਿਆ, ਕੰਮ ਸਾਰੇ ਕਰ ਲਏ ਨੇ, ਹੁਣ ਆਪਾਂ ਜਿਹੜਾ ਨਾ ਪੱਖੇ ਦੀਵਾਰੀ ਪੱਖਾ ਧੋਣਾ, ਪੱਖਾ ਜਿਹੜਾ ਨਾ ਖਰਾਬ ਹੋ ਗਿਆ ਕਾਫੀ, ਅਤੇ ਬਾਹਰ ਚਲਦੀ ਜਾਂ ਹਨੇਰੀ ਵਗੈਰਾ ਆ ਜਾਂਦੀ ਹੈ ਨਾ ਅਤੇ ਸਾਰਾ ਖਰਾਬ ਹੋ ਜਾਂਦਾ, ਅਤੇ ਹੁਣ ਉਹਨੂੰ ਦੋਨੇ ਧੋ ਕੇ ਹੁਣ ਜਣੇ ਜੁੜਨੇ ਉਹਨੂੰ ਲੈ ਕੇ ਆਉਣਾ ਇੱਥੇ ਖੋਲਣੇ। ਹਾਂਜੀ ਖੋਲ ਕਰ ਖੜਾ ਕਰਨੇ ਆ ਤੇ ਲਿਆਣੇ ਪਲਾਸ ਖੋਲਣ ਵਾਸਤੇ, ਹਥਿਆਰ ਨੇ ਪਾਣੀ ਨਾਲ ਜਾਣਾ ਨਾ ਕਰੋ ਆਪਣੇ ਕੱਪੜੇ। ਇਹਦੀ ਹਾਲਤ ਕੀ ਹੋ ਗਈ ਮਿੱਟੀ ਨਾਲ, ਆਪਾਂ ਥੋੜਾ ਚੱਕਾ ਚੱਕ ਕਰਨਾ, ਸਾਫ ਸੁਥਰਾ ਕਰਨਾ, ਸਾਫ ਹੋ ਜਾਏ ਮਿੱਟੀ ਨਾਲ ਭਰਿਆ ਪਿਆ, ਪਰ ਵੀ ਕਾਫੀ ਖਰਾਬ ਹੋ ਚੁੱਕੇ ਨੇ ਮਿੱਟੀ ਨਾਲ, ਤੇ ਇਹਨਾਂ ਜਿਹੜਾ ਨਾ ਖੋਲ ਕੇ ਅੱਛੇ ਤਰੀਕੇ ਨਾਲ ਧੋ ਧੋ ਕੇ ਸਾਫ ਕਰਕੇ ਫਿਰ ਜੋੜਾਂਗੇ ਇਹਨਾਂ ਨੂੰ ਦੁਬਾਰਾ। ਹੋਣੇ ਦੀ ਆ ਪਿਛਲੀ ਟੋਕਰੀ ਖੋਲਣੇ, ਜਦੋਂ ਨੱਟ ਖੋਲ ਕੇ ਸਾਰੇ ਤੇ ਫਿਰ ਇਹਨੂੰ ਧੋਣੇ ਲਾ ਕੇ। ਚਲੋ ਜੀ ਪਿਛਲੀ ਜਾਲੀ ਵੀ ਖੁੱਲ ਗਈ ਹੈ ਅਤੇ ਬਾਕੀ ਹੁਣ ਇਹਨੂੰ ਸਾਫ਼ ਸਫਾਈ ਕਰਕੇ ਜਦੋਂ ਆਪਾਂ ਸਾਫ਼ ਕਰਕੇ ਜੋੜਾਂਗੇ ਫਿਰ ਦੇਣ ਵਾਲੀ ਨਾਲ ਸ਼ੇਅਰ ਕਰਾਂਗੇ। ਇੱਕ ਵਾਰ ਇਹਨੂੰ ਮੈਂ ਧੋ ਲਵਾਂ, ਕਾਫ਼ੀ ਖਰਾਬ ਹੋ ਚੁੱਕਿਆ, ਇਹਨੂੰ ਅਸੀਂ ਤੁਰੰਤ ਲੈ ਸਕਦੇ ਹਾਂ। ਚਲੋ ਜੀ ਪੱਖਾ ਚਲਾ ਕੇ ਕੱਪੜੇ ਧੋ ਦਿੰਦੇ ਹਾਂ ਤਾਂ ਕਿ ਥੋੜ੍ਹਾ ਜਿਹਾ ਮਿੱਟੀ ਮੁੱਟੀ ਜਿਹੜੀ ਨਾ ਇਹਦੀ ਸਾਫ਼ ਹੋ ਸਕੇ, ਉੱਭਰ ਜਾਵੇ ਤਾਂ ਹੋਰ ਉਹਨੂੰ ਜਿਹੜਾ ਸਾਫ਼ ਇਹਨਾਂ ਨੂੰ ਧੋਨੇ। ਇੱਕ ਵਾਰ ਇਹਨੂੰ ਪੇਟ ਰੱਖ ਦਿੱਤਾ, ਹੁਣ ਉਹਨੂੰ ਜਿਹੜੇ ਨਾ ਉੱਥੇ ਦੀ ਮੋਟਰ ਮੋਟਰ ਸਾਫ਼ ਕਰਨਾ ਕੱਪੜੇ ਨਾਲ, ਅਤੇ ਮੋੜੇ ਨੂੰ ਉਹਨੂੰ ਦੇਵਾਂਗੇ ਪਰਾਂ ਨੂੰ, ਇਹ ਜਿਹੜਾ ਕੱਪੜਾ ਲੈਣੇ ਦੇ ਕੇ ਲੈਣੇ ਅਤੇ ਕਰਨੇ ਸਾਫ਼। ਕਾਫ਼ੀ ਖਰਾਬ ਹੋ ਚੁੱਕਿਆ, ਕਿੰਨੇ ਦਿਨ ਹੋ ਗਏ ਸਾਫ਼ ਨਹੀਂ ਕੀਤਾ ਸੀ, ਹੁਣ ਇਹਨੂੰ ਗਿੱਲਾ ਕੱਪੜਾ ਫੇਰਨੇ। ਪੱਖੇ ਦੀ ਹਾਲਤ ਬਹੁਤ ਖਰਾਬ ਸੀ, ਹੁਣ ਇਹਦੀ ਹਾਲਤ ਹੋ ਜਾਏਗੀ ਸੋਹਣੀ ਸੁਧਰ ਜਾਏਗੀ। ਇਹਦਾ ਜਿਹੜਾ ਨਾ ਸੁਬਹਾ ਸੁਬਹਾ ਜਿਹੜਾ ਇਹਦਾ ਵੀ ਫਰੈਸ਼ ਕਰ ਦਿੰਦੇ ਹਾਂ, ਸੁਬਹਾ ਜਿਹੜਾ ਕਿੰਗ ਕਹਿੰਦਾ ਬੂਥਾ ਸਾਫ਼ ਕਰ ਦਿੰਦੇ। ਪੱਖੇ ਦਾ ਸਾਰੀ ਰਾਤ ਵਿਚਾਰਾ ਚੱਲਦਾ ਵਹਾ ਦਿੰਦਾ ਅਤੇ ਇਹਦਾ ਵੀ ਮੂੰਹ ਧੋ ਦੀਏ ਕਿਤੇ ਥੋੜ੍ਹਾ ਸੌਣ ਜਾਵੇ ਵਹਾ ਨਾ ਦੇਵੇ, ਇਸ ਵਾਸਤੇ ਇਹਦਾ ਮੂੰਹ ਧੋ ਦਿੰਦੇ ਕਰਕੇ। ਪੱਖਾ ਧੋ ਦਿੱਤਾ, ਕਾਫੀ ਕਿਸਿਆ ਤੇ ਫਿਰ ਵੀ ਜਿਹੜਾ ਨਾ ਐਵੇਂ ਦਾ ਸਾਫ਼ ਹੋਇਆ ਬੜਾ ਖੱਪਿਆ, ਤੇ ਜਿਹੜਾ ਨਾ ਜੰਗਾਲ ਇਹਨੂੰ ਬੜਾ ਪੱਕਾ ਹੋਇਆ, ਤੇ ਲੈ ਲੱਥੇ ਦਾ ਨੀ ਜਿਹੜਾ ਮਿੱਟੀ ਘੱਟਾ ਸੀ ਉਹ ਲੈ ਗਿਆ, ਸੁੱਕ ਗਿਆ ਨੇ ਇਹਦੇ ਧੋਦਿਆਂ ਧੋਂਦਿਆਂ ਸੁੱਕ ਗਿਆ ਨੇ, ਤੇ ਇਹਨਾਂ ਨੂੰ ਜੜ ਦਿੰਦੇ ਹਾਂ। ਇਹਨਾਂ ਦੇ ਪੁਰਜੇ ਸਨ ਇਹ ਜਿਹੜੇ,
ਗਰਮੀ ਬੜੀ ਹੈ ਜੀ, ਬਹੁਤ ਜ਼ਿਆਦਾ ਗਰਮੀ ਹੈ ਸੋ ਫਾਰ, ਇੰਨੀ ਗਰਮੀ ਅੱਲਾ ਬਾਹਰ ਕਿਤੇ ਹੀ ਨਾ ਪਾਏ, ਬਹੁਤ ਜ਼ਿਆਦਾ ਗਰਮੀ ਹੋਈ ਖੁੱਲ੍ਹੀ। ਕੰਮ ਕੁੰਮ ਕਰਦੇ ਹਾਂ, ਪੱਖਾ ਪੁੱਖਾ ਧੋਂਦੇ ਹਾਂ, ਕਾਫ਼ੀ ਟਾਈਮ ਹੋ ਗਿਆ, ਦੁਪਹਿਰ ਹੋ ਗਈ ਹੁਣ, ਦੁਪਹਿਰ ਦਾ ਜਗ੍ਹਾ ਨਾ ਵਾਹਵਾ ਟਾਈਮ ਹੋ ਗਿਆ, 12 ਵੱਜਣ ਦੇ ਕਰੀਬ ਹੋ ਗਿਆ, 10-11 ਦਾ ਟਾਈਮ ਹੋ ਗਿਆ। ਜੀ ਪੱਖਾ ਜਿਹੜਾ ਨਾ ਦੋ ਤੇ ਜੜ ਦਿੱਤਾ, ਤੇ ਹੁਣ ਆਪੇ ਮੈਂ ਜਿਹੜਾ ਨਾ ਉੱਥੇ ਛਾਵੇਂ ਰੱਖ ਦਿੰਦੇ, ਤੇ ਇਹਨੂੰ ਥੋੜਾ ਚਲਾ ਕੇ ਵੇਖੀਏ, ਮਾਤਾ ਕੋਈ ਜਲਦੀ ਜਲਦੀ ਚੰਨਾ ਤਾਰ ਤੂਰ ਨਾ ਆਉਂਦੀ ਹੋਵੇ, ਵੇਖੀਏ ਉੱਥੇ ਲਾ ਕੇ। ਚੰਡੀ ਜੀ ਤਾਰ ਇੱਧਰ ਲਾਉਣ ਵਾਲੀ ਹੈ, ਪੱਖਾ ਜਿਹੜਾ ਆਪਣਾ ਚੱਲ ਪਿਆ ਸਹੀ ਸਲਾਮਤ, ਤੇ ਲਾਈਟ ਵਾਲੀ ਇਹਦੀ ਲੈ ਗਈ ਮਾਸ਼ਾਅੱਲਾ, ਬੜਾ ਪਿਆਰਾ ਹੋ ਗਿਆ ਹੁਣ, ਤੇ ਹੁਣ ਇਹਨੂੰ ਕਰ ਦਿੰਦੇ ਬੰਦ, ਤੇ ਬੰਦ ਕਰਕੇ ਰੱਖ ਦਿੰਦੇ ਹਾਂ। ਜੇ ਬੰਦ ਕਰਕੇ ਰੱਖਤਾ ਪੱਖਾ ਵੀ ਜਿਹੜਾ ਕਰ ਲਿਆ, ਤੇ ਬਾਕੀ ਜਿਹੜਾ ਘਰ ਦੀ ਰੁਟੀਨ ਸੀ ਭੈਣਾਂ ਭਾਈਆਂ ਨਾਲ ਸ਼ੇਅਰ ਕੀਤੀ, ਸੁਬਹਾ ਦੀ ਕੀਤੀ, ਤੇ ਦੁਪਹਿਰ ਹੋ ਗਿਆ, ਸਾਰਾ ਕੰਮ ਕੁੰਮ ਕਰਦਿਆਂ ਜਿਹੜਾ ਨਾ ਦੁਪਹਿਰ ਹੋ ਗਿਆ, ਤੇ ਗਰਮੀ ਬਹੁਤ ਜ਼ਿਆਦਾ, ਪਸੀਨੇ ਛੁੱਟ ਰਹੇ ਨੇ, ਤੇ ਮਾਸ਼ਾਅੱਲਾ ਜੀ ਮੌਸਮ ਜਿਹੜਾ ਹੁਣ ਆ ਕੇ ਬੱਦਲ ਬਣ ਰਹੇ ਨੇ, ਆਪਸ ਵੀ ਬਹੁਤ ਹੈ, ਤੇ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ, ਬੱਦਲ ਹੁਣ ਥੋੜ੍ਹਾ ਬਹੁਤ ਹੋ ਰਿਹਾ, ਤੇ ਬੜੀ ਬੜੀ ਆਪਸ ਹੋਈ ਖੜੀ ਹੈ। ਤੇ ਹੁਣ ਜਿਹੜਾ ਨਾ ਅਸੀਂ ਕਰਨਾ ਜੀ ਵੀਡੀਓ ਦਾ ਐਂਡ, ਤੇ ਸਾਡੀ ਵੀਡੀਓ ਅੱਛੀ ਲੱਗੀ ਤੇ ਸਾਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਪਿਆਰਾ ਸਾ ਕਮੈਂਟ ਕਰੋ। ਅੱਲਾ ਹਾਫਿਜ਼। ਅੱਲਾ ਹਾਫਿਜ਼।